ਐਗਰੀਜ਼ੋਨ ਦਾ ਹੀ ਸੁਪਰ ਸੀਡਰ ਕਿਉਂ ਲੈਣਾ? 3 ਸਾਲ ਤੋਂ ਮਾਰਕੀਟ ਨੂੰ ਲੀਡ ਕਰ ਰਿਹਾ, ਭਾਵੇਂ ਉਹ ਗੇਅਰ ਹੈ, ਸਾਈਡ ਗੇਅਰ ਹੈ, ਇਹਦੀਆਂ ਗਰਾਰੀਆਂ ਨੇ ਕੰਪਨੀ ਦੇ ਅੰਦਰ ਬਣਾਏ ਜਾਂਦੇ ਨੇ। ਐਗਰੀਜ਼ੋਨ ਦੀ ਜਿਹੜੀ ਟਾਈਨ ਹੈ ਉਹਦੀ ਸਪੈਸ਼ਲਿਟੀ ਇਹ ਹੈ, ਉਹਦੇ ਵਿੱਚ ਖਾਦ ਅਲੱਗ ਗਿਰਦੀ ਹੈ ਅਤੇ ਬੀਜ ਅਲੱਗ ਗਿਰਦਾ। ਐਗਰੀਜ਼ੋਨ ਦੇ ਸੁਪਰ ਸੀਡ ਦਾ ਰੂਟਾਵੇਟਰ 5 ਤੋਂ 7 ਮਿੰਟ 'ਚ ਤਿਆਰ ਹੋ ਜਾਂਦਾ। ਕਿਸਾਨ ਨੂੰ ਕੀ ਚਾਹੀਦਾ ਹੈ? ਸਹੀ ਕੀਮਤ, ਖੇਤਾਂ 'ਚ ਸਰਵਿਸ, ਸਪੇਅਰ ਪਾਰਟ ਤੁਹਾਨੂੰ ਖੇਤਾਂ ਵਿੱਚ, ਤੇਲ ਅਤੇ ਸਮੇਂ ਦੀ ਬੱਚਤ, ਵੱਧ ਝਾੜ ਲਈ ਕਿਹੜਾ ਸੁਪਰ ਸੀਡਰ? ਐਗਰੀਜ਼ੋਨ। CRM ਸਕੀਮ 2024-25 ਜਾਰੀ ਹੈ ਅਤੇ ਕਿਸਾਨਾਂ ਵੱਲੋਂ ਆਪਣੀਆਂ ਮਨਪਸੰਦ ਮਸ਼ੀਨਾਂ ਐਗਰੀਜ਼ੋਨ ਦੇ ਸੁਪਰ ਸੀਡਰਾਂ ਦੀਆਂ ਡਿਲੀਵਰੀਆਂ ਲਈਆਂ ਜਾ ਰਹੀਆਂ ਨੇ। ਅੱਜ ਅਸੀਂ ਰਾਏਕੋਟ ਸ਼ਹਿਰ, ਜੋ ਲੁਧਿਆਣੇ ਦੀ ਇੱਕ ਤਹਿਸੀਲ ਹੈ, ਜਿਮੀਦਾਰਾ ਟਰੈਕਟਰਸ ਡੇਲੋ ਰਾਏਕੋਟ, ਕਰਮਜੀਤ ਸਿੰਘ ਜੀ ਸਾਡੇ ਡੀਲਰ ਨੇ, ਇੱਥੋਂ ਅਸੀਂ 61 ਸੁਪਰ ਸੀਡਰਾਂ ਦੀਆਂ ਡਿਲੀਵਰੀਆਂ ਦੇ ਰਹੇ ਹਾਂ। ਕਿਸਾਨ ਹੁੰਮ ਹੁਮਾ ਕੇ ਸਿਰਫ ਕੰਪਨੀ ਦੀ ਇੱਕ ਆਵਾਜ਼ ਮਾਰਨ 'ਤੇ ਸੈਂਕੜੇ ਦੀ ਤਾਦਾਦ 'ਚ ਇਕੱਠੇ ਹੋ ਜਾਂਦੇ ਨੇ। ਐਗਰੀਜ਼ੋਨ ਦਾ ਕਿਸਾਨਾਂ ਪ੍ਰਤੀ ਪਿਆਰ ਹੈ, ਐਗਰੀਜ਼ੋਨ ਦਾ ਕਿਸਾਨਾਂ ਦਾ ਐਗਰੀਜ਼ੋਨ ਪ੍ਰਤੀ ਵਿਸ਼ਵਾਸ ਹੈ। ਅੱਜ ਇੱਥੋਂ 61 ਸੁਪਰ ਸੀਡਰਾਂ ਦੀ ਡਿਲੀਵਰੀ ਇਹ ਸਿੱਧ ਕਰਦੀ ਹੈ ਕਿ ਕਿੰਨਾ ਕਿਸਾਨ ਐਗਰੀਜ਼ੋਨ ਦੇ ਦਾਅਵਿਆਂ 'ਤੇ, ਐਗਰੀਜ਼ੋਨ ਦੀਆਂ ਕੁਆਲਿਟੀ 'ਤੇ, ਐਗਰੀਜ਼ੋਨ ਦੇ ਪ੍ਰੋਡਕਟਾਂ 'ਤੇ ਯਕੀਨ ਕਰਦੇ ਨੇ। ਐਗਰੀਜ਼ੋਨ ਇਸ ਤੋਂ ਇਲਾਵਾ ਪੰਜਾਬ ਦੇ ਕਿਸਾਨਾਂ ਲਈ ਔਫਰ ਲੈ ਕੇ ਆਈ ਹੈ ਕੋਂਬੋ ਦੇ ਵਿੱਚ। ਐਗਰੀਜ਼ੋਨ ਦਾ ਬੇਲਰ, ਰੇਕ ਅਤੇ ਟਰੈਕਟਰ, ਸੋਨਾਲੀਕਾ ਟਰੈਕਟਰ ਲਓ ਤਾਂ 30 ਲੱਖ ਦੇ ਵਿੱਚੋਂ 2,51,000 ਦਾ ਅਸੀਂ ਡਿਸਕਾਊਂਟ ਕਰ ਰਹੇ ਹਾਂ। ਬੇਲਰ ਰੇਕ ਐਗਰੀਜ਼ੋਨ ਦਾ, ਮਹਿੰਦਰਾ ਦਾ 655 4x4 ਲਓ, 51,000 ਦਾ ਛੋਟ ਦੇ ਰਹੇ ਹਾਂ, ਅਤੇ 605 ਨੋਵੋ ਜਾਂ 655 ਟੂ ਵੀਲ ਨੋਵੋ ਲਓ ਤਾਂ 1,21,000 ਦੀ ਛੋਟ ਐਗਰੀਜ਼ੋਨ ਕੰਪਨੀ ਵੱਲੋਂ ਦਿੱਤੀ ਜਾ ਰਹੀ ਹੈ। ਤਾਂ ਆਪਣੇ ਨਜ਼ਦੀਕੀ ਐਗਰੀਜ਼ੋਨ ਦੀ ਡੀਲਰਸ਼ਿਪਾਂ 'ਤੇ ਆ ਕੇ ਆਪਣੇ ਮਨਪਸੰਦ ਐਗਰੀਜ਼ੋਨ ਸੁਪਰ ਸੀਡਰ ਨੂੰ ਬੁੱਕ ਕਰਾਓ, ਕਿਉਂਕਿ ਕਿਸਾਨ ਵੀਰੋ ਇਸ ਵਾਰ ਸਰਕਾਰ ਦੀ ਇਹ ਸਖਤ ਹਦਾਇਤ ਹੈ ਕਿ ਸੈਂਕਸ਼ਨ ਪੱਤਰਾਂ ਦੀਆਂ ਮਿਆਦਾਂ ਨਹੀਂ ਵਧਾਈਆਂ ਜਾਣਗੀਆਂ। ਤਾਂ ਸੋਚ ਵਿਚਾਰ ਕਰਕੇ ਹੀ ਆਪਦਾ ਸਮਾਂ ਨਾ ਲੰਘਾ ਦਿਓ, ਸਬਸਿਡੀ ਦੀ ਜਿਹੜੀ ਸਕੀਮ ਆ ਉਹਦਾ ਲਾਹਾ ਉਠਾਓ, ਅਤੇ ਸਮਾਂ ਰਹਿੰਦੇ ਜਾਂ ਸਮੇਂ ਤੋਂ ਪਹਿਲਾਂ ਆਪਣੇ ਬਿੱਲ ਅਪਲੋਡ ਕਰਾਓ, ਪੰਜਾਬ ਸਰਕਾਰ ਦਾ ਪੋਰਟਲ ਚੱਲ ਪਿਆ। ਬਹੁਤ ਵਧੀਆ ਜਾਣਕਾਰੀ ਤੁਸੀਂ ਗੁਰਪ੍ਰੀਤ ਜੀ। ਫਿਰ ਕਿਸਾਨ ਐਗਰੀਜ਼ੋਨ ਦਾ ਸੁਪਰਸਿਡਰੀ ਕਿਉਂ ਲਵੇ ਜੀ? ਹਾਂਜੀ, ਬਹੁਤ ਵਧੀਆ ਸਵਾਲ ਪੁੱਛਿਆ, ਕਿਉਂਕਿ ਕਿਸਾਨ ਵੀਰੋ ਸਬਸਿਡੀ ਭਾਵੇਂ ਸਰਕਾਰ ਨੇ ਦੇ ਦੇਣੀ ਹੈ, ਪੈਸਾ ਉਹ ਵੀ ਆਪਣਾ ਹੀ ਹੁੰਦਾ, ਆਪਣਾ ਸਾਥੀਆਂ ਦਾ ਹੀ ਪੈਸਾ ਹੁੰਦਾ, ਪਰ ਸਬਸਿਡੀ ਦਾ ਹਰ ਇੱਕ ਨੂੰ ਇੱਕ ਖੁਸ਼ੀ ਹੁੰਦੀ ਹੈ ਕਿ ਸਬਸਿਡੀ ਆਈ, ਪਰ ਸਬਸਿਡੀ ਤੋਂ ਬਗੈਰਾ ਬਾਕੀ ਪੈਸਾ ਤਾਂ ਤੁਹਾਡੇ ਖੂਨ ਪਸੀਨੇ ਅਤੇ ਮਿਹਨਤ ਦੀ ਕਮਾਈ ਦਾ, ਤਾਂ ਉਹ ਖੂਨ ਪਸੀਨੇ ਦੀ ਕਮਾਈ ਚੰਗੀ ਮਸ਼ੀਨ 'ਤੇ ਲਾਓ ਨਾ, ਜਿਹੜੀ ਤੁਹਾਡੇ ਖੇਤਾਂ 'ਚ ਜਾ ਕੇ ਕੰਮ ਕਰੇ। ਸੁਪਰ ਸੀਡਰ ਦੇ ਨਾਲ ਜਦੋਂ ਆਪਾਂ ਕਣਕ ਬੀਜਦੇ ਹਾਂ ਤਾਂ ਆਪਣੇ ਕੋਲ ਗਿਣਵੇਂ ਦਿਨ ਹੁੰਦੇ ਨੇ, ਉਹਨਾਂ ਦਿਨਾਂ 'ਚ ਮਸ਼ੀਨ ਖਰਾਬ ਖੜੀ ਰਹੇ ਕੀ ਫਾਇਦਾ ਹੋਇਆ ਮਸ਼ੀਨ ਲਈ ਦਾ। ਐਗਰੀਜ਼ੋਨ ਦੇ 90% ਤੋਂ 95% ਪੁਰਜੇ ਕੰਪਨੀ ਦੇ ਅੰਦਰ ਬਣਦੇ ਨੇ, ਗੇਅਰ, ਗਰਾਰੀਆਂ, ਕਾਸਟਿੰਗ, ਢਲਾਈ, ਜਿਹਨੂੰ ਆਪਾਂ ਦੇਸੀ ਭਾਸ਼ਾ 'ਚ ਕਹਿੰਦੇ ਹਾਂ। ਇਸੇ ਕਰਕੇ ਸਾਨੂੰ ਮਾਣ ਆਪਣੀਆਂ ਬਣਾਈਆਂ ਹੋਈਆਂ ਮਸ਼ੀਨਾਂ 'ਤੇ, ਤਾਂ ਹੀ ਅਸੀਂ 2 ਸਾਲ ਦੀ ਵਾਰੰਟੀ ਦਿੰਦੇ ਹਾਂ। ਇਹ ਨਹੀਂ ਵੀ ਸਾਡੀਆਂ ਮਸ਼ੀਨਾਂ ਖਰਾਬ ਹੁੰਦੀਆਂ ਨੇ, ਸਾਨੂੰ ਮਾਣ ਆਪਣੀਆਂ ਬਣਾਈਆਂ ਹੋਈਆਂ ਮਸ਼ੀਨਾਂ 'ਤੇ, ਅਤੇ ਸਰਵਿਸ ਤੁਹਾਡੇ ਖੇਤਾਂ 'ਚ ਦਿੰਦੇ ਹਾਂ ਤਾਂ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਖੱਜਲ ਖੁਆਰੀ ਨਾ ਹੋਣੀ ਪਵੇ। ਇਹ ਬੈਨੀਫਿਟ ਤੁਹਾਨੂੰ ਐਗਰੀਜ਼ੋਨ ਦਿੰਦਾ, ਜਿਹੜੀਆਂ ਬਾਕੀ ਮਸ਼ੀਨਾਂ ਤੁਹਾਨੂੰ ਨਹੀਂ ਦਿੰਦੀਆਂ, ਜਿਹੜੀਆਂ ਇੱਧਰੋਂ ਉੱਧਰੋਂ ਪੁਰਜੇ ਇਕੱਠੇ ਕਰਕੇ ਜੋੜ ਕੇ ਰੰਗ ਦਾ ਫੁਆਰਾ ਮਾਰ ਕੇ ਬਣਾਈਆਂ ਹੁੰਦੀਆਂ ਨੇ। ਫਿਰ ਐਗਰੀਜ਼ੋਨ ਦੀਆਂ ਸਾਰੀਆਂ ਮਸ਼ੀਨਾਂ ਦੇ ਉੱਪਰ ਈਜ਼ੀ ਫਾਈਨਾਂਸ ਲੋਨ ਦੀ ਸੁਵਿਧਾ, ਲੋਨ ਕਿਸੇ ਵੀ ਮਸ਼ੀਨ 'ਤੇ ਲੈਣਾ, ਉਹਦੀਆਂ ਕਿਸ਼ਤਾਂ ਤਿਮਾਹੀ, ਛਮਾਹੀ ਜਾਂ ਸਾਲ ਦੀਆਂ ਸਾਡੇ ਡੀਲਰਸ਼ਿਪਾਂ ਤੋਂ ਹੀ ਤੁਹਾਨੂੰ ਜਾਣਕਾਰੀ ਦੇ ਦਿੱਤੀ ਜਾਊਗੀ, ਅਤੇ ਉੱਥੋਂ ਹੀ ਲੋਨ ਦੀ ਸਾਰੀ ਪ੍ਰੋਸੈਸਿੰਗ ਕਰੂਗੀ, ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ। ਆਪਣੀ ਨਜ਼ਦੀਕੀ ਡੀਲਰਸ਼ਿਪ 'ਤੇ ਜਾ ਕੇ ਕਿਸਾਨ ਵੀਰ ਆਪਣੀ ਮਨਪਸੰਦ ਸੁਪਰ ਸੀਡਰ, ਬੇਲਰ, ਰੇਕ, ਜੀਰੋ ਡਰਿੱਲ ਬੁੱਕ ਕਰਾਓ, ਤਾਂ ਕਿ ਸਮਾਂ ਰਹਿੰਦੇ ਸਬਸਿਡੀ ਦੀ ਤੁਸੀਂ ਲਾਭ ਉਠਾ ਸਕੋ, ਕਿਉਂਕਿ ਇਸ ਵਾਰ ਸਰਕਾਰ ਮਿਆਦ ਨਹੀਂ ਵਧਾ ਰਹੀ ਸੈਂਕਸ਼ਨ ਪੱਤਰਾਂ ਦੀ। ਤਾਂ ਇਹ ਸਾਰੇ ਕਿਸਾਨ ਵੀਰਾਂ ਨੂੰ ਕਹਿਣਾ ਚਾਹੂੰਗਾ ਕਿ ਜਲਦੀ ਤੋਂ ਜਲਦੀ ਆਪਣੀਆਂ ਮਨਪਸੰਦ ਦੀਆਂ ਮਸ਼ੀਨਾਂ ਲੈ ਕੇ ਆਪਣੇ ਘਰ ਲੈ ਜਾਓ। ਹਾਂਜੀ ਬਾਈ, ਕੀ ਹਾਲ ਹੈ ਜੀ? ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਤੁਸੀਂ ਅੱਜ ਐਗਰੀਜ਼ੋਨ ਦਾ ਸੁਪਰ ਸੀਡਰ ਲੈਣ ਆਏ ਹੋ? ਹਾਂਜੀ। ਕਿੰਨੇ ਫੁੱਟ ਦਾ ਲੈ ਕੇ ਜਾ ਰਹੇ ਹੋ ਜੀ? ਆਪਣੇ ਕੋਲ 8 ਫੁੱਟਾ ਲਿਆ ਜੀ, ਆਪਣੇ ਕੋਲ ਪਹਿਲਾਂ ਵੀ ਹੈਗਾ ਇੱਕ, ਠੀਕ ਹੈ, ਅਤੇ ਆਪਾਂ ਨੂੰ ਵਧੀਆ ਲੱਗਿਆ, ਪਰਫੋਰਮੈਂਸ ਵਧੀਆ ਲੱਗੀ। ਪਹਿਲਾਂ ਤੁਸੀਂ ਕਿੰਨੇ ਫੁੱਟ ਦਾ ਚਲਾ ਰਹੇ ਹੋ? ਆਪਣੇ ਕੋਲ 7 ਫੁੱਟ ਬਾਈ। ਕਿੰਨੇ ਟਾਈਮ ਤੋਂ ਚਲਾ ਰਹੇ ਹੋ? ਆਪਣੇ ਕੋਲ ਹੋ ਗਏ 2 ਸਾਲ ਹੋ ਗਏ। 2 ਸਾਲ ਤੋਂ ਚਲਾ ਰਹੇ ਹੋ, ਕਿਵੇਂ ਆ ਜੀ ਫਿਰ ਚੱਲਣ ਦੇ ਵਿੱਚ ਉਹ? ਬਹੁਤ ਵਧੀਆ ਜੀ।
ਵਧੀਆ ਕਰਕੇ ਅੱਜ ਇੱਕ ਹੋਰ ਲੈਣਾ ਹੈ ਜੀ। ਅੱਛਾ, ਤਾਂ ਕਰਕੇ ਹੋਰ ਫਿਰ ਆਪਣਾ ਕਿਰਾਏ ਦਾ ਕੰਮ ਵੀ ਆ? ਹਾਂਜੀ, ਆਪਾਂ ਕਿਰਾਇਆ ਵੀ ਲਾਉਂਦੇ ਹਾਂ। ਕਿਰਾਏ ਦਾ ਕੰਮ ਵੀ ਆ, ਖੁਰਦੀ ਖੇਤੀ ਵੀ? ਹਾਂਜੀ, ਆਪਣੀ ਖੁਰਦੀ ਖੇਤੀ। ਕਿੰਨਾ ਤੁਸੀਂ ਕਿਰਾਇਆ ਕਰਦੇ ਹੋ, ਦੱਸੋ ਕਿਸਾਨ ਵੀਰਾਂ ਨੂੰ, ਜਿਵੇਂ ਤੁਸੀਂ ਖੁਸ਼ ਹੋ ਕੇ ਇੱਕ ਆਪਣਾ ਪਹਿਲਾਂ ਚੱਲਦਾ ਇੱਕ ਨਵਾਂ ਸੰਦ ਹੋਰ ਲੈ ਰਹੇ ਹੋ। ਹਾਂ ਵੀਰੇ, ਕਿੰਨੇ ਕੁ ਤੁਸੀਂ ਕਿੱਲੇ ਕਿਰਾਏ ਤੇ ਬੀਜਦੇ ਹੋ, ਕਿੰਨੇ ਕੁ ਤੁਹਾਡੀ ਆਪਣੀਆਂ, ਸਾਰੇ ਕਿਸਾਨ ਵੀਰਾਂ ਨੂੰ ਜਾਗਰੂਕ ਕਰਾਓ ਜੀ? ਆਪਣੇ ਵੀਰੇ ਵਧੀਆ ਡੀਜ਼ਲ ਖਰਚੇ ਦਾ ਬਹੁਤ ਫਰਕ ਹੈ ਜੀ। ਹਾਂਜੀ, ਡੀਜ਼ਲ ਖਰਚਾ, ਇੱਕ ਰਿਪੇਅਰ ਬਹੁਤ ਘੱਟ ਹੈ ਇਹਦੀ। ਨਹੀਂ, ਮੈਂ ਤੁਹਾਨੂੰ ਪੁੱਛਣਾ, ਤੁਸੀਂ ਕਿੰਨੇ ਕਿੱਲਿਆਂ ਦੀ ਖੇਤੀ ਕਰਦੇ ਹੋ? ਆਪਾਂ ਇਹਦੇ ਨਾਲ ਕਿੰਨਾ ਤੁਹਾਡਾ ਕਿਰਾਇਆ ਹੈ ਉਹ ਦੱਸੋ ਕਿਸਾਨ ਵੀਰਾਂ ਨੂੰ। ਆਪਾਂ ਕਿਰਾਏ, ਆਪਾਂ ਕਿਰਾਏ ਤੇ ਹੀ 100 ਕਿੱਲਾ ਵੀ ਨਗਾ ਦਿੰਦੇ ਹਾਂ। ਹਾਂਜੀ, ਅਤੇ ਆਪਣਾ ਆਪਦੀ ਵੀ ਆਪਾਂ ਬੀਜਦੇ ਹਾਂ, ਇਹਦੇ ਨਾਲ ਆਪਦਾ ਸਾਰਾ ਖੇਤ ਬੀਜਦੇ ਹਾਂ ਜੀ। ਠੀਕ ਹੈ ਜੀ। ਆਪਾਂ 40 ਤੋਂ 35 ਕਿੱਲਿਆਂ ਦੇ ਵਿੱਚ ਖੇਤੀ ਕਰਦੇ ਹਾਂ ਜੀ। ਠੀਕ ਹੈ ਜੀ। ਅਤੇ ਆਪਾਂ ਨੂੰ ਕੋਈ ਅੱਜ ਤੱਕ ਦਿੱਕਤ ਨਹੀਂ ਹੈ ਇਹਦੇ ਵਿੱਚ ਵੀਰੇ। ਠੀਕ ਹੈ ਜੀ। ਪੂਰਾ ਵਧੀਆ ਚੱਲ ਰਿਹਾ, ਤਾਂ ਕਰਕੇ ਆਪਾਂ ਇੱਕ ਹੋਰ ਲੈਣਾ ਹੈ। ਠੀਕ ਹੈ ਜੀ। ਹਾਂਜੀ, ਤੁਹਾਨੂੰ ਇਹਦੇ ਵਿੱਚ ਹੋਰਾਂ ਦੇ ਨਾਲੋਂ ਕੀ ਖਾਸ ਲੱਗਿਆ ਉਹ ਵੀ ਦੱਸੋ ਮਾੜਾ ਉੱਧਰ ਕਿਸਾਨ ਵੀਰਾਂ ਨੂੰ। ਖਾਸ ਵੀਰੇ ਇਹਦੀ ਖਾਸੀਅਤ ਹੈਗੀ ਹੈ ਕਿ ਇਹਦਾ ਜਿਹੜਾ ਰੰਗ ਆਪਾਂ ਬਣਦੇ ਦੇਖ ਕੇ ਆਏ ਹਾਂ, ਜਦੋਂ ਕੰਪਨੀ ਆਪ ਜਾ ਕੇ ਆਏ, ਕੰਪਨੀ 'ਚ ਆਪਾਂ ਜਾ ਕੇ ਆਏ, ਕੀ ਕੁਛ ਤੁਸੀਂ ਦੇਖਿਓ ਵੀ ਦੱਸੋ? ਇਹਦੀ ਕੁਆਲਿਟੀ ਹੈ ਜਿਹੜੀ ਵੀਰੇ, ਬੈਲ ਐਂਡ ਗੁੱਡ ਆ, ਆਪਾਂ ਦੇਖ ਕੇ ਆਏ ਹਾਂ। ਇਹਦਾ ਪੇਂਟ ਕੋਈ ਜ਼ਰ ਨਹੀਂ ਲੱਗਦੀ ਹੈਗੀ, ਆਪਣੇ ਕੋਲ ਬਾਹਰ ਵੀ ਖੜੇ ਰਹਿੰਦੇ ਆ 6-6 ਮਹੀਨੇ ਵੀਰੇ, ਅੱਜ ਤੱਕ ਆਪਾਂ ਨੂੰ ਕੋਈ ਦਿੱਕਤ ਨਹੀਂ ਹੈ ਇਹਦੇ ਵਿੱਚ। ਠੀਕ ਹੈ ਜੀ। ਮਤਲਬ ਉਵੇਂ ਦੇ ਉਵੇਂ ਪਿਆ ਰਹਿੰਦਾ, ਉਦੇ ਦਾ ਉਦਾਂ ਹੀ ਰਹਿੰਦਾ ਵੀਰੇ, ਕੋਈ ਚੱਕਰ ਨਹੀਂ ਗਾ, ਪੂਰਾ ਵਧੀਆ ਹੈਗਾ। ਸਰਵਿਸ ਕਿੱਦਾਂ ਤੁਸੀਂ ਸਰਵਿਸ ਬਾਰੇ? ਸਰਵਿਸ ਵੀਰੇ ਜੇ 19-21 ਹੁੰਦੀ ਵੀ ਹੈ ਬਾਈ ਚਾਂਸ, ਤਾਂ ਜਿਹੜੀ ਸਰਵਿਸ ਆ ਆਪਣੇ ਅੱਧੇ ਘੰਟੇ ਦੇ ਵਿੱਚ ਵਿੱਚ ਆਪਣੇ ਕੋਲ ਖੇਤ ਆ ਜਾਂਦੀ ਹੈ, ਅਤੇ ਫਰੀ ਐਂਡ ਕੋਸਟ ਕਰਕੇ ਜਾਂਦੇ ਵੀਰੇ, ਕੋਈ ਰੁਪਈਆ ਨਹੀਂ ਲੈਂਦੇ ਹੈਗੇ। ਠੀਕ ਹੈ ਜੀ। ਆਪਾਂ ਫਰੀ ਕਰਾਉਂਦੇ ਹਾਂ। ਤੁਸੀਂ ਖੁਸ਼ ਹੋ ਪੂਰੇ ਐਗਰੀ ਜ਼ੋਨ ਤੋਂ? ਹਾਂਜੀ ਵੀਰੇ, ਪੂਰੇ ਖੁਸ਼। ਅੱਗੇ ਨੂੰ ਕੀ ਆਪਣਾ, ਜਿਵੇਂ ਤੁਹਾਡਾ ਕਿਰਾਏ ਦਾ ਕੰਮ ਆ, ਤੁਸੀਂ ਅੱਗੇ ਨੂੰ ਕੀ ਆਪਣਾ ਹੋਰ ਪ੍ਰੋਡਕਟ ਵੀ ਲੈਣਾ ਚਾਹੁੰਦੇ ਹੋ, ਦੱਸੋ ਜੀ। ਹਾਂਜੀ ਹਾਂਜੀ ਵੀਰੇ, ਮੈਂ ਕਿਸਾਨ ਭਰਾਵਾਂ ਨੂੰ ਵੀ ਕਹਿੰਦਾ, ਤੁਸੀਂ ਇੱਕ ਵਾਰੀ ਚੱਲਦਾ ਦੇਖੋ ਜਾਂ ਇੱਕ ਵਾਰੀ ਵਰਤ ਕੇ ਦੇਖੋ, ਤੁਹਾਨੂੰ ਖੁਦ ਨੂੰ ਪਤਾ ਲੱਗੂਗਾ, ਤਾਂ ਤੁਸੀਂ ਲੈ ਸਕਦੇ ਹੋ, ਤੁਹਾਨੂੰ ਵਧੀਆ ਲੱਗੂਗਾ। ਨਹੀਂ, ਤੁਸੀਂ ਕੋਈ ਹੋਰ ਪ੍ਰੋਡਕਟ ਆਪਣਾ ਲੈਣਾ ਚਾਹੁੰਦੇ ਹੋ? ਹਾਂ ਵੀਰੇ, ਆਪਾਂ ਲਵਾਂਗੇ, ਸਾਡਾ ਹੈਗਾ ਰੀਪਰ ਲੈਣ ਦਾ ਹੈਗਾ ਵੀਰੇ ਵਿਚਾਰ ਹਜੇ। ਠੀਕ ਹੈ ਜੀ। ਅਤੇ ਤਾਂ ਕਰਕੇ ਦੇਖਦੇ ਹਾਂ ਜੀ। ਠੀਕ ਹੈ ਜੀ। ਹਾਂਜੀ ਵੀਰੇ, ਬਹੁਤ ਬਹੁਤ ਧੰਨਵਾਦ ਵੀਰੇ, ਤੁਸੀਂ ਬਹੁਤ ਸੋਹਣੀ ਜਾਣਕਾਰੀ ਦਿੱਤੀ ਨਾ ਕਿਸਾਨ ਵੀਰਾਂ ਨੂੰ। ਹਾਂਜੀ ਧੰਨਵਾਦ। ਹਾਂਜੀ ਬਾਈ, ਕੀ ਹਾਲ ਹੈ ਜੀ? ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਤੁਸੀਂ ਅੱਜ ਐਗਰੀ ਉਹਦਾ ਸੁਪਰ ਸੀਟਰ ਲੈਣ ਆਏ ਹੋ? ਹਾਂਜੀ। ਕਿੰਨੇ ਫੁੱਟ ਦਾ ਲੈ ਕੇ ਜਾ ਰਹੇ ਹੋ? ਆਪਣੇ ਕੋਲ 8 ਫੁੱਟਾ ਲਿਆ ਜੀ, ਆਪਣੇ ਕੋਲ ਪਹਿਲਾਂ ਵੀ ਹੈਗਾ ਇੱਕ। ਠੀਕ ਹੈ। ਅਤੇ ਆਪਾਂ ਨੂੰ ਵਧੀਆ ਲੱਗਿਆ, ਪਰਫੋਰਮੈਂਸ ਵਧੀਆ ਲੱਗੀ। ਪਹਿਲਾਂ ਤੁਸੀਂ ਕਿੰਨੇ ਫੁੱਟ ਦਾ ਚਲਾ ਰਹੇ ਹੋ? ਆਪਣੇ ਕੋਲ 7 ਫੁੱਟ ਦਾ ਜੀ। ਕਿੰਨੇ ਟਾਈਮ ਤੋਂ ਚਲਾ ਰਹੇ ਹੋ? ਆਪਣੇ ਕੋਲ ਹੋ ਗਏ 2 ਸਾਲ ਹੋ ਗਏ। 2 ਸਾਲ ਤੋਂ ਚਲਾ ਰਹੇ ਹੋ, ਕਿਵੇਂ ਜੀ ਫਿਰ ਚੱਲਣ ਦੇ ਵਿੱਚ ਉਹ? ਬਹੁਤ ਵਧੀਆ ਜੀ, ਵਧੀਆ ਕਰਕੇ ਅੱਜ ਇੱਕ ਹੋਰ ਲੈਣਾ ਹੈ ਜੀ। ਅੱਛਾ, ਤਾਂ ਕਰਕੇ ਹੋਰ ਫਿਰ ਆਪਣਾ ਕਿਰਾਏ ਦਾ ਕੰਮ ਵੀ ਆ? ਹਾਂਜੀ, ਆਪਾਂ ਕਿਰਾਇਆ ਵੀ ਲਾਉਂਦੇ ਹਾਂ। ਕਿਰਾਏ ਦਾ ਕੰਮ ਵੀ ਆ, ਖੁਰਦੀ ਖੁਰਦੀ ਖੇਤੀ ਵੀ? ਹਾਂਜੀ, ਆਪਣੀ ਖੁਰਦੀ ਖੇਤੀ। ਕਿੰਨਾ ਤੁਸੀਂ ਕਿਰਾਇਆ ਕਰਦੇ ਹੋ, ਦੱਸੋ ਕਿਸਾਨ ਵੀਰਾਂ ਨੂੰ, ਜਿਵੇਂ ਤੁਸੀਂ ਖੁਸ਼ ਹੋ ਕੇ ਇੱਕ ਆਪਣਾ ਪਹਿਲਾਂ ਚੱਲਦਾ ਇੱਕ ਨਵਾਂ ਸੰਦ ਹੋਰ ਲੈ ਰਹੇ ਹੋ? ਹਾਂ ਵੀਰੇ। ਕਿੰਨੇ ਕੁ ਤੁਸੀਂ ਕਿੱਲੇ ਕਿਰਾਏ ਤੇ ਬੀਜਦੇ ਹੋ, ਕਿੰਨੇ ਕੁ ਤੁਹਾਡੀ ਆਪਣੀਆਂ, ਸਾਰੇ ਕਿਸਾਨ ਵੀਰਾਂ ਨੂੰ ਜਾਗਰੂਕ ਕਰਾਓ ਜੀ? ਆਪਣੇ ਵੀਰੇ ਵਧੀਆ ਡੀਜ਼ਲ ਖਰਚੇ ਦਾ ਬਹੁਤ ਫਰਕ ਹੈ ਜੀ। ਹਾਂਜੀ, ਡੀਜ਼ਲ ਖਰਚਾ, ਇੱਕ ਰਿਪੇਅਰ ਬਹੁਤ ਘੱਟ ਹੈ ਇਹਦੀ। ਨਹੀਂ, ਮੈਂ ਤੁਹਾਨੂੰ ਪੁੱਛਣਾ, ਤੁਸੀਂ ਕਿੰਨੇ ਕਿੱਲਿਆਂ ਦੀ ਖੇਤੀ ਕਰਦੇ ਹੋ? ਆਪਾਂ ਇਹਦੇ ਨਾਲ ਕਿੰਨਾ ਤੁਹਾਡਾ ਕਿਰਾਇਆ ਹੈ ਉਹ ਦੱਸੋ ਕਿਸਾਨ ਵੀਰਾਂ ਨੂੰ। ਆਪਾਂ ਕਿਰਾਏ ਤੇ 100 ਕਿੱਲਾ ਵੀ ਨਗਾ ਦਿੰਦੇ ਹਾਂ। ਹਾਂਜੀ, ਅਤੇ ਆਪਣਾ ਆਪਦੀ ਵੀ ਆਪਾਂ ਬੀਜਦੇ ਹਾਂ, ਇਹਦੇ ਨਾਲ ਆਪਦਾ ਸਾਰਾ ਖੇਤ ਬੀਜਦੇ ਹਾਂ ਜੀ। ਠੀਕ ਹੈ ਜੀ। ਆਪਾਂ 40 ਤੋਂ 35 ਕਿੱਲਿਆਂ ਦੇ ਵਿੱਚ ਖੇਤੀ ਕਰਦੇ ਹਾਂ ਜੀ। ਠੀਕ ਹੈ ਜੀ। ਅਤੇ ਆਪਾਂ ਨੂੰ ਕੋਈ ਅੱਜ ਤੱਕ ਦਿੱਕਤ ਨਹੀਂ ਹੈ ਇਹਦੇ ਵਿੱਚ ਵੀਰੇ। ਠੀਕ ਹੈ ਜੀ। ਪੂਰਾ ਵਧੀਆ ਚੱਲ ਰਿਹਾ, ਤਾਂ ਕਰਕੇ ਆਪਾਂ ਇੱਕ ਹੋਰ ਲੈਣਾ ਹੈ। ਠੀਕ ਹੈ ਜੀ। ਹਾਂਜੀ, ਤੁਹਾਨੂੰ ਇਹਦੇ ਵਿੱਚ ਹੋਰਾਂ ਦੇ ਨਾਲੋਂ ਕੀ ਖਾਸ ਲੱਗਿਆ ਉਹ ਵੀ ਦੱਸੋ ਮਾੜਾ ਉੱਧਰ ਕਿਸਾਨ ਵੀਰਾਂ ਨੂੰ। ਖਾਸ ਵੀਰੇ ਇਹਦੀ ਖਾਸੀਅਤ ਹੈਗੀ ਹੈ ਕਿ ਇਹਦਾ ਜਿਹੜਾ ਰੰਗ ਆਪਾਂ ਬਣਦੇ ਦੇਖ ਕੇ ਆਏ ਹਾਂ, ਜਦੋਂ ਕੰਪਨੀ ਆਪ ਜਾ ਕੇ ਆਏ, ਕੰਪਨੀ 'ਚ ਆਪਾਂ ਜਾ ਕੇ ਆਏ, ਕੀ ਕੁਛ ਤੁਸੀਂ ਦੇਖਿਓ ਵੀ ਦੱਸੋ? ਇਹਦੀ ਕੁਆਲਿਟੀ ਹੈ ਜਿਹੜੀ ਵੀਰੇ, ਬੈਲ ਐਂਡ ਗੁੱਡ ਆ, ਆਪਾਂ ਦੇਖ ਕੇ ਆਏ ਹਾਂ। ਇਹਦਾ ਪੇਂਟ ਕੋਈ ਜ਼ਰ ਨਹੀਂ ਲੱਗਦੀ ਹੈਗੀ, ਆਪਣੇ ਕੋਲ ਬਾਹਰ ਵੀ ਖੜੇ ਰਹਿੰਦੇ ਆ 6-6 ਮਹੀਨੇ ਵੀਰੇ, ਅੱਜ ਤੱਕ ਆਪਾਂ ਨੂੰ ਕੋਈ ਦਿੱਕਤ ਨਹੀਂ ਹੈ ਇਹਦੇ ਵਿੱਚ। ਠੀਕ ਹੈ ਜੀ। ਮਤਲਬ ਉਵੇਂ ਦੇ ਉਵੇਂ ਪਿਆ ਰਹਿੰਦਾ, ਉਦੇ ਦਾ ਉਦਾਂ ਹੀ ਰਹਿੰਦਾ ਵੀਰੇ, ਕੋਈ ਚੱਕਰ ਨਹੀਂ ਗਾ, ਪੂਰਾ ਵਧੀਆ ਹੈਗਾ। ਸਰਵਿਸ ਕਿੱਦਾਂ ਤੁਸੀਂ ਸਰਵਿਸ ਬਾਰੇ? ਸਰਵਿਸ ਵੀਰੇ ਜੇ 19-21 ਹੁੰਦੀ ਵੀ ਹੈ ਬਾਈ ਚਾਂਸ, ਤਾਂ ਜਿਹੜੀ ਸਰਵਿਸ ਆ ਆਪਣੇ ਅੱਧੇ ਘੰਟੇ ਦੇ ਵਿੱਚ ਵਿੱਚ ਆਪਣੇ ਕੋਲ ਖੇਤ ਆ ਜਾਂਦੀ ਹੈ, ਅਤੇ ਫਰੀ ਐਂਡ ਕੋਸਟ ਕਰਕੇ ਜਾਂਦੇ ਵੀਰੇ, ਕੋਈ ਰੁਪਈਆ ਨਹੀਂ ਲੈਂਦੇ ਹੈਗੇ। ਠੀਕ ਹੈ ਜੀ। ਆਪਾਂ ਫਰੀ ਕਰਾਉਂਦੇ ਹਾਂ।
ਤੁਸੀਂ ਖੁਸ਼ ਹੋ ਪੂਰੇ ਐਗਰੀ ਜ਼ੋਨ ਤੋਂ? ਹਾਂਜੀ ਵੀਰੇ ਪੂਰੇ ਖੁਸ਼। ਅੱਗੇ ਨੂੰ ਕੀ ਆਪਣਾ ਜਿਵੇਂ ਤੁਹਾਡਾ ਕਿਰਾਏ ਦਾ ਕੰਮ ਆ, ਤੁਸੀਂ ਅੱਗੇ ਨੂੰ ਕੀ ਆਪਣਾ ਹੋਰ ਪ੍ਰੋਡਕਟ ਵੀ ਲੈਣਾ ਚਾਹੁੰਦੇ ਹੋ ਦੱਸੋ ਜੀ। ਹਾਂਜੀ ਹਾਂਜੀ ਵੀਰੇ, ਮੈਂ ਕਿਸਾਨ ਭਰਾਵਾਂ ਨੂੰ ਵੀ ਕਹਿੰਦਾ ਤੁਸੀਂ ਇੱਕ ਵਾਰੀ ਚੱਲਦਾ ਦੇਖੋ ਜਾਂ ਇੱਕ ਵਾਰੀ ਵਰਤ ਕੇ ਦੇਖੋ, ਤੁਹਾਨੂੰ ਖੁਦ ਨੂੰ ਪਤਾ ਲੱਗੂਗਾ ਤਾਂ ਤੁਸੀਂ ਲੈ ਸਕਦੇ ਹੋ, ਤੁਹਾਨੂੰ ਵਧੀਆ ਲੱਗੂਗਾ। ਨਹੀਂ ਤੁਸੀਂ ਕੋਈ ਹੋਰ ਪ੍ਰੋਡਕਟ ਆਪਣਾ ਲੈਣਾ ਚਾਹੁੰਦੇ ਹੋ? ਹਾਂ ਵੀਰੇ, ਆਪਾਂ ਲਵਾਂਗੇ, ਸਾਡਾ ਹੈਗਾ ਰੀਪਰ ਲੈਣ ਦਾ ਹੈਗਾ ਵੀਰੇ ਵਿਚਾਰ ਹਜੇ। ਠੀਕ ਆ ਜੀ, ਅਤੇ ਤਾਂ ਕਰਕੇ ਦੇਖਦੇ ਹਾਂ ਜੀ। ਠੀਕ ਆ ਜੀ, ਹਾਂਜੀ ਵੀਰੇ, ਬਹੁਤ ਬਹੁਤ ਧੰਨਵਾਦ ਵੀਰੇ, ਤੁਸੀਂ ਬਹੁਤ ਸੋਹਣੀ ਜਾਣਕਾਰੀ ਦਿੱਤੀ ਨਾ ਕਿਸਾਨ ਵੀਰਾਂ ਨੂੰ। ਹਾਂਜੀ ਹਾਂਜੀ, ਧੰਨਵਾਦ। ਹਾਂਜੀ ਬਾਈ, ਕੀ ਹਾਲ ਹੈ ਜੀ? ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਤੁਸੀਂ ਅੱਜ ਐਗਰੀ ਉਹਦਾ ਸੁਪਰ ਸੀਟਰ ਲੈਣ ਆਏ ਹੋ? ਹਾਂਜੀ ਵੀਰੇ। ਕਿੰਨੇ ਫੁੱਟ ਦਾ ਲੈ ਕੇ ਜਾ ਰਹੇ ਹੋ ਜੀ? ਆਪਣੇ ਕੋਲ 8 ਫੁੱਟ ਵਾਲਿਆ ਜੀ, ਆਪਣੇ ਕੋਲ ਪਹਿਲਾਂ ਵੀ ਹੈਗਾ ਇੱਕ। ਠੀਕ ਹੈ, ਅਤੇ ਆਪਾਂ ਨੂੰ ਵਧੀਆ ਲੱਗਿਆ, ਪਰਫੋਰਮੈਂਸ ਵਧੀਆ ਲੱਗੀ। ਪਹਿਲਾਂ ਤੁਸੀਂ ਕਿੰਨੇ ਫੁੱਟ ਦਾ ਚਲਾ ਰਹੇ ਹੋ? ਆਪਣੇ ਕੋਲ 7 ਫੁੱਟ ਦਾ ਜੀ। ਕਿੰਨੇ ਟਾਈਮ ਤੋਂ ਚਲਾ ਰਹੇ ਹੋ? ਆਪਣੇ ਕੋਲ ਹੋ ਗਏ 2 ਸਾਲ ਹੋ ਗਏ। 2 ਸਾਲ ਤੋਂ ਚਲਾ ਰਹੇ ਹੋ, ਕਿਵੇਂ ਜੀ ਫਿਰ ਚੱਲਣ ਦੇ ਵਿੱਚ ਉਹ? ਬਹੁਤ ਵਧੀਆ ਜੀ, ਵਧੀਆ ਕਰਕੇ ਅੱਜ ਇੱਕ ਹੋਰ ਲੈਣ ਆਇਆ ਜੀ। ਤਾਂ ਕਰਕੇ ਹੋਰ ਫਿਰ ਆਪਣਾ ਕਿਰਾਏ ਦਾ ਕੰਮ ਵੀ ਆ? ਹਾਂਜੀ, ਆਪਾਂ ਕਿਰਾਇਆ ਵੀ ਲਾਉਂਦੇ ਹਾਂ। ਕਿਰਾਏ ਦਾ ਕੰਮ ਵੀ ਆ, ਖੁਦ ਦੀ ਖੇਤੀ ਵੀ ਤੁਹਾਡੀ? ਹਾਂਜੀ, ਆਪਣੀ ਖੁਦ ਦੀ ਖੇਤੀ। ਕਿੰਨਾ ਤੁਸੀਂ ਕਿਰਾਇਆ ਕਰਦੇ ਹੋ ਦੱਸੋ ਕਿਸਾਨ ਵੀਰਾਂ ਨੂੰ, ਜਿਵੇਂ ਤੁਸੀਂ ਖੁਸ਼ ਹੋ ਕੇ ਇੱਕ ਆਪਣਾ ਪਹਿਲਾਂ ਚੱਲ ਰਿਹਾ ਇੱਕ ਨਵਾਂ ਸੰਦ ਹੋਰ ਲੈ ਰਹੇ ਹੋ? ਹਾਂ ਵੀਰੇ। ਕਿੰਨੇ ਕੁ ਤੁਸੀਂ ਕਿੱਲੇ ਕਿਰਾਏ 'ਤੇ ਬੀਜਦੇ ਹੋ, ਕਿੰਨੇ ਕੁ ਤੁਹਾਡੀ ਆਪਣੀ ਸਾਰੇ ਕਿਸਾਨ ਵੀਰਾਂ ਨੂੰ ਜਾਗਰੂਕ ਕਰਾਓ ਜੀ? ਆਪਣੀ ਵੀਰੇ ਵਧੀਆ ਬੀਜ ਖਰਚੇ ਦਾ ਬਹੁਤ ਫਰਕ ਇਹਦਾ ਜੀ। ਹਾਂਜੀ, ਬੀਜ ਖਰਚਾ ਇੱਕ, ਰਿਪੇਅਰ ਬਹੁਤ ਘੱਟ ਹੈ ਇਹਦੀ। ਨਹੀਂ ਮੈਂ ਤੁਹਾਨੂੰ ਪੁੱਛਿਆ ਤੁਸੀਂ ਕਿੰਨੇ ਕਿੱਲਿਆਂ ਦੀ ਖੇਤੀ ਕਰਦੇ ਹੋ? ਆਪਾਂ ਇਹਦੇ ਨਾਲ ਕਿੰਨਾ ਤੁਹਾਡਾ ਕਿਰਾਇਆ ਹੈ ਉਹ ਦੱਸੋ ਕਿਸਾਨ ਵੀਰਾਂ ਨੂੰ। ਆਪਾਂ ਕਿਰਾਏ 'ਤੇ 100 ਗਿੱਲਾ ਵੀ ਨਿਗਾ ਦਿੰਦੇ ਹਾਂ। ਹਾਂਜੀ, ਅਤੇ ਆਪਣਾ ਆਪਦੀ ਵੀ ਆਪਾਂ ਬੀਜਦੇ ਹਾਂ, ਇਹਦੇ ਨਾਲ ਆਪਦਾ ਸਾਰਾ ਖੇਤ ਬੀਜਦੇ ਹਾਂ ਜੀ। ਠੀਕ ਹੈ ਜੀ, ਆਪਾਂ 40 ਤੋਂ 35 ਗਿੱਲਿਆਂ ਦੇ ਵਿੱਚ ਖੇਤੀ ਕਰਦੇ ਹਾਂ ਜੀ। ਠੀਕ ਹੈ ਜੀ, ਅਤੇ ਆਪਾਂ ਨੂੰ ਕੋਈ ਅੱਜ ਤੱਕ ਦਿੱਕਤ ਨਹੀਂ ਹੈ ਇਹਦੇ ਵਿੱਚ ਵੀਰੇ। ਠੀਕ ਹੈ ਜੀ, ਪੂਰਾ ਵਧੀਆ ਚੱਲ ਰਿਹਾ, ਤਾਂ ਕਰਕੇ ਆਪਾਂ ਇੱਕ ਹੋਰ ਲੈਣਾ ਹੈ। ਠੀਕ ਹੈ ਜੀ, ਹਾਂਜੀ। ਤੁਹਾਨੂੰ ਇਹਦੇ ਵਿੱਚ ਹੋਰਾਂ ਦੇ ਨਾਲੋਂ ਕੀ ਖਾਸ ਲੱਗਿਆ ਉਹ ਵੀ ਦੱਸੋ ਮਾੜਾ ਉੱਧਰ ਕਿਸਾਨ ਵੀਰਾਂ ਨੂੰ? ਖਾਸ ਵੀਰੇ ਇਹਦੀ ਖਾਸੀਅਤ ਹੈਗੀ ਹੈ ਕਿ ਇਹਦਾ ਜਿਹੜਾ ਰੰਗ ਆਪਾਂ ਬਣਦੇ ਦੇਖ ਕੇ ਆਏ ਹਾਂ, ਜਦੋਂ ਤੁਸੀਂ ਕੰਪਨੀ ਆਪ ਜਾ ਕੇ ਆਏ ਹੋ, ਕੰਪਨੀ 'ਚ ਆਪਾਂ ਜਾ ਕੇ ਆਏ, ਕੀ ਕੁਛ ਤੁਸੀਂ ਦੇਖਿਆ ਉਹ ਵੀ ਦੱਸੋ ਜੀ? ਇਹਦੀ ਕੁਆਲਿਟੀ ਹੈ ਜਿਹੜੀ ਵੀਰੇ, ਵੈਲ ਐਂਡ ਗੁੱਡ ਆ, ਆਪਾਂ ਦੇਖ ਕੇ ਆਏ ਹਾਂ। ਇਹਦਾ ਪੇਂਟ ਕੋਈ ਜ਼ਰ ਨਹੀਂ ਲੱਗਦੀ ਹੈਗੀ, ਆਪਣੇ ਕੋਲ ਬਾਹਰ ਵੀ ਖੜ੍ਹੇ ਰਹਿੰਦੇ ਆ 6-6 ਮਹੀਨੇ ਵੀਰੇ। ਠੀਕ ਹੈ ਜੀ, ਅੱਜ ਤੱਕ ਆਪਾਂ ਨੂੰ ਕੋਈ ਦਿੱਕਤ ਨਹੀਂ ਹੈ ਇਹਦੇ ਵਿੱਚ। ਠੀਕ ਹੈ ਜੀ, ਮਤਲਬ ਉਵੇਂ ਦੇ ਨਾ ਉਵੇਂ ਪਿਆ ਰਹਿੰਦਾ ਆ? ਉਹਦੇ ਦਾ ਉੱਦਾਂ ਹੀ ਰਹਿੰਦਾ ਵੀਰੇ, ਕੋਈ ਚੱਕਰ ਨਹੀਂਗਾ, ਪੂਰਾ ਵਧੀਆ ਹੈ। ਸਰਵਿਸ ਕਿੱਦਾਂ ਤੁਸੀਂ ਸਰਵਿਸ ਬਾਰੇ ਥੋੜਾ ਜਾਣਕਾਰੀ ਦਿਓ ਜੀ? ਵੀਰੇ ਜੇ 19-21 ਹੁੰਦੀ ਵੀ ਹੈ ਬਾਈ ਚਾਂਸ, ਤਾਂ ਜਿਹੜੀ ਸਰਵਿਸ ਆ ਆਪਣੇ ਅੱਧੇ ਘੰਟੇ ਦੇ ਵਿੱਚ ਵਿੱਚ ਆਪਣੇ ਕੋਲ ਖੇਤ ਆ ਜਾਂਦੀ ਹੈ, ਅਤੇ ਫਰੀ ਐਂਡ ਕੋਸਟ ਕਰਕੇ ਜਾਂਦੇ ਵੀਰੇ, ਕੋਈ ਰੁਪਈਆ ਨਹੀਂ ਲੈਂਦੇ ਹੈਗੇ। ਠੀਕ ਹੈ ਜੀ, ਆਪਾਂ ਫਰੀ ਕਰਾਉਂਦੇ ਹਾਂ। ਤੁਸੀਂ ਖੁਸ਼ ਹੋ ਪੂਰੇ ਐਗਰੀ ਜ਼ੋਨ ਤੋਂ? ਹਾਂਜੀ ਵੀਰੇ, ਪੂਰੇ ਖੁਸ਼। ਅੱਗੇ ਨੂੰ ਕੀ ਆਪਣਾ ਜਿਵੇਂ ਤੁਹਾਡਾ ਕਿਰਾਏ ਦਾ ਕੰਮ ਆ, ਤੁਸੀਂ ਅੱਗੇ ਨੂੰ ਕੀ ਆਪਣਾ ਹੋਰ ਪ੍ਰੋਡਕਟ ਵੀ ਲੈਣਾ ਚਾਹੁੰਦੇ ਹੋ ਦੱਸੋ ਜੀ। ਹਾਂਜੀ ਹਾਂਜੀ ਵੀਰੇ, ਮੈਂ ਕਿਸਾਨ ਭਰਾਵਾਂ ਨੂੰ ਵੀ ਕਹਿੰਦਾ ਤੁਸੀਂ ਇੱਕ ਵਾਰੀ ਚੱਲਦਾ ਦੇਖੋ ਜਾਂ ਇੱਕ ਵਾਰੀ ਵਰਤ ਕੇ ਦੇਖੋ, ਤੁਹਾਨੂੰ ਖੁਦ ਨੂੰ ਪਤਾ ਲੱਗੂਗਾ ਤਾਂ ਤੁਸੀਂ ਲੈ ਸਕਦੇ ਹੋ, ਤੁਹਾਨੂੰ ਵਧੀਆ ਲੱਗੂਗਾ। ਨਹੀਂ ਤੁਸੀਂ ਕੋਈ ਹੋਰ ਪ੍ਰੋਡਕਟ ਆਪਣਾ ਲੈਣਾ ਚਾਹੁੰਦੇ ਹੋ? ਹਾਂ ਵੀਰੇ, ਆਪਾਂ ਲਵਾਂਗੇ, ਸਾਡਾ ਹੈਗਾ ਰੀਪਰ ਲੈਣ ਦਾ ਹੈਗਾ ਵੀਰੇ ਵਿਚਾਰ ਹਜੇ। ਠੀਕ ਹੈ ਜੀ, ਅਤੇ ਤਾਂ ਕਰਕੇ ਦੇਖਦੇ ਹਾਂ ਜੀ। ਠੀਕ ਹੈ ਜੀ, ਹਾਂਜੀ ਵੀਰੇ, ਬਹੁਤ ਬਹੁਤ ਧੰਨਵਾਦ ਵੀਰੇ, ਤੁਸੀਂ ਬਹੁਤ ਸੋਹਣੀ ਜਾਣਕਾਰੀ ਦਿੱਤੀ ਨਾ ਕਿਸਾਨ ਵੀਰਾਂ ਨੂੰ। ਹਾਂਜੀ ਧੰਨਵਾਦ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਆ ਜੀ ਆਪਣਾ? ਜਗਦੇਵ ਸਿੰਘ ਜੀ। ਜਗਦੇਵ ਸਿੰਘ ਜੀ, ਅੱਜ ਤੁਸੀਂ ਐਗਰੀ ਜ਼ੋਨ ਕੰਪਨੀ ਦਾ ਸੁਪਰ ਸੀਟਰ ਲੈ ਕੇ ਜਾ ਰਹੇ ਹੋ, ਕਿੰਨੇ ਫੁੱਟ ਦਾ ਜੀ ਇਹ ਦੱਸੋ ਕਿਰਾ ਕਿਸਾਨ ਵੀਰ? 8 ਫੁੱਟ ਦਾ ਜੀ। ਕਿੱਥੋਂ ਲੈ ਕੇ ਜਾ ਰਹੇ ਹੋ ਤੁਸੀਂ ਇਹ? ਇੱਥੋਂ ਰੈਕੋਰਡ ਤੋਂ ਲੈ ਰਹੇ ਹਾਂ ਜੀ। ਠੀਕ ਆ ਜੀ, ਤੁਹਾਨੂੰ ਐਗਰੀ ਜ਼ੋਨ ਬਾਰੇ ਪਹਿਲਾਂ ਕਿੱਥੋਂ ਪਤਾ ਲੱਗਿਆ ਜੀ? ਇਹ ਪਰਮ ਜਾ ਕੇ ਦੇਖੀ ਸੀ ਕਣਕ ਜੀ। ਤੁਸੀਂ ਪਹਿਲਾਂ ਆਪ ਕਿਰਾਏ ਦੇ ਉੱਤੇ ਬਿਜਾਈ ਸੀ? 855 ਟਰੈਕਟਰ ਸੀਗਾ ਜੀ। ਠੀਕ ਆ ਜੀ, ਅਤੇ ਪਹਿਲਾਂ ਅੱਧੀ ਬਿਜਾਈ ਸੀ ਕਣਕ ਇਹੀ 37-30 ਤੋਂ। ਠੀਕ ਆ ਜੀ, ਹਾਂਜੀ, ਉਹ ਦਸਮੇਸ਼ ਦਾ ਸੀਗਾ 8 ਫੁੱਟਾਂ, ਉਹਦੇ ਨਾਲੋਂ ਇਹਨੇ ਐਗਰੀ ਜ਼ੋਨ ਵਾਲੇ ਨੇ ਵਧੀਆ ਬੀਜੀ ਕਣਕ, ਅਤੇ ਬਾਕੀ ਸਫਾਈ ਵੱਧ ਸੀਗੀ ਜੀ। ਇਹਦੀ ਸਫਾਈ ਵਧੀਆ ਸੀਗੀ? ਹਾਂਜੀ ਹਾਂਜੀ, ਨਾਲੇ ਰੈਲਾ ਚੱਲਦਾ ਸੀਗਾ ਇਹ। ਅੱਛਾ, ਜਿਹੜਾ ਇਹ ਟਰੈਕਟਰ ਸੁਪਰ ਸੀਟਰ ਚੱਲ ਰਿਹਾ ਸੀਗਾ, ਹੋਰਾਂ ਦੇ ਨਾਲੋਂ ਰੈਲਾ ਸੀਗਾ ਜੀ? ਹਾਂਜੀ, ਰੈਲਾ ਸੀਗਾ। ਹਾਂਜੀ, ਠੀਕ ਹੈ। ਫਿਰ ਜਿਹੜੀ ਤੁਸੀਂ ਕਣਕ ਬਿਜਾਈ ਸੀਗੀ, ਕਿਵੇਂ ਵੀ ਕਿੰਨਾ ਬੀਜ ਪਾਇਆ ਸੀਗਾ ਜੀ, ਦੱਸੋ ਉੱਧਰ ਨੂੰ? 50 ਕਿਲੋ ਦਾ ਪਾਇਆ ਸੀਗਾ ਜੀ। 50 ਕਿਲੋ ਬੀਜ ਪਾਇਆ ਸੀਗਾ, ਫਿਰ ਕਿੰਨਾ ਉੱਗਿਆ? ਪ੍ਰੋਪਰ ਉੱਗਿਆ ਜਾਂ ਘੱਟ ਵੱਧ ਹੋਇਆ? ਪ੍ਰੋਪਰ ਉੱਗਿਆ ਜੀ। ਇਹ ਤੋਂ ਤੁਸੀਂ ਖੁਸ਼ ਸੀਗੇ ਫਿਰ ਪੂਰਾ? ਹਾਂਜੀ, ਪੂਰਾ ਖੁਸ਼। ਤੁਸੀਂ ਤਾਂ ਕਰਕੇ ਆਪਣਾ ਬੁੱਕ ਕਰਾਇਆ ਸੀਗਾ ਇਹ? ਹਾਂਜੀ ਹਾਂਜੀ, ਤਾਂ ਬੁੱਕ ਕਰਾਇਆ। ਕਿੰਨੇ ਫੁੱਟ ਦਾ ਲੈ ਕੇ ਜਾ ਰਹੇ ਹੋ ਇਹ? 8 ਫੁੱਟ ਦਾ ਲੈ ਕੇ। 8 ਫੁੱਟ ਦਾ ਲੈ ਕੇ ਜਾ ਰਹੇ ਹੋ ਜੀ? ਹਾਂਜੀ, ਠੀਕ ਹੈ ਜੀ।
ਤੇ ਤੁਸੀਂ ਹੋਰ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਐਗਰੀ ਜ਼ੋਨ ਬਾਰੇ? ਇਹ ਵਧੀਆ ਜੀ ਕੰਪਨੀ, ਬਾਕੀ ਛੋਟੇ ਤੋਂ ਛੋਟਾ ਟਰੈਕਟਰ ਵੀ ਚਲਾਉਂਦਾ, 8 ਫੁੱਟਾਂ ਵੀ ਆਮ 855 ਖਿੱਚੀ ਜਾਂਦਾ ਜੀ। ਗੱਲ ਤਾਂ ਇਹ ਹੈ ਜੀ, ਨਜ਼ਾਮ ਟਰੈਕਟਰ ਖਾਈਦੇ ਨਹੀਂ ਹੈਗੇ। ਠੀਕ ਹੈ ਜੀ, ਹਾਂਜੀ। ਇਹਦੇ ਨਾਲ ਵੀ ਮਤਲਬ ਕਿਸਾਨ ਵੀ ਖੁਸ਼ ਨੇ ਪੂਰੇ? ਹਾਂਜੀ, ਕਿਸਾਨ ਵੀ ਪੂਰੇ ਖੁਸ਼ ਆ। ਹਾਂਜੀ, ਠੀਕ ਹੈ ਜੀ। ਫਿਰ ਤੁਸੀਂ ਕਿੰਨੀ ਖੇਤੀ ਕਰ ਰਹੇ ਹੋ ਇਹਦੇ ਨਾਲ? ਅਸੀਂ ਕਰਦੇ ਹਾਂ 11-12 ਕਿੱਲੇ ਆਪਦੇ ਘਰ ਦੇ। ਕਿਰਾਏ ਦਾ ਕੰਮ ਵੀ ਹੋਊਗਾ ਆਪਣਾ? ਨਹੀਂ ਜੀ, ਇੱਕ ਹੀ ਟਰੈਕਟਰ ਹੁਣ ਨਵਾਂ ਲਿਆ ਜੀ। ਠੀਕ ਹੈ ਜੀ, 52-10 ਮੂਹਰੇ ਖੜਾ ਜੀ ਆਪਣਾ। ਠੀਕ ਹੈ ਜੀ, ਹਾਂਜੀ, ਪਰਸੋਂ ਹੀ ਲਿਆ। ਠੀਕ ਹੈ ਜੀ, ਪਹਿਲਾਂ ਮੈਸੀ ਸੀਗਾ, ਮੈਂ ਜੀ ਉਹਨੇ ਖਿੱਚਣਾ ਨਹੀਂ, ਛੋਟਾ ਮੈਸੀ ਸੀਗਾ। ਠੀਕ ਹੈ ਜੀ, ਹਾਂਜੀ ਹਾਂਜੀ। ਫਿਰ ਹੁਣ ਤੁਸੀਂ ਪਹਿਲਾਂ ਇੱਕ ਸੁਪਰ ਹੀਟਰ ਲੈ ਕੇ ਜਾ ਰਹੇ ਹੋ, ਅੱਗੇ ਨੂੰ ਕੋਈ ਪ੍ਰੋਡਕਟ ਆਪਣਾ ਹੋਰ ਲੈਣਾ ਚਾਹੁੰਦੇ ਹੋ ਦੱਸੋ ਜੀ ਉੱਧਰ ਨੂੰ। ਹਾਂਜੀ ਹਾਂਜੀ, ਅਸੀਂ ਲਵਾਂਗੇ ਜੀ ਆਪਣੇ ਲੇਜ਼ਰ ਕਰਾ ਲੈਣ ਦਾ ਇਰਾਦਾ ਵਾ। ਐਗਰੀ ਜੋਨ ਅੱਗੇ ਲੇਜ਼ਰ ਵੀ ਲੈਣਾ ਚਾਹੁੰਦੇ? ਹਾਂਜੀ ਹਾਂਜੀ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਆ ਜੀ ਆਪਣਾ? ਜਗਦੇਵ ਸਿੰਘ ਜੀ। ਜਗਦੇਵ ਸਿੰਘ ਜੀ, ਅੱਜ ਤੁਸੀਂ ਐਗਰੀ ਜੋਨ ਕੰਪਨੀ ਦਾ ਸੁਪਰ ਹੀਟਰ ਲੈ ਕੇ ਜਾ ਰਹੇ ਹੋ, ਕੈ ਫੁੱਟ ਦਾ ਜੀ ਇਹ ਦੱਸੋ ਕਿਰਾ ਕਿਸਾਨ ਵੀ? 8 ਫੁੱਟ ਦਾ ਜੀ। ਕਿੱਥੋਂ ਲੈ ਕੇ ਜਾ ਰਹੇ ਹੋ ਤੁਸੀਂ ਇਹ? ਇੱਥੋਂ ਰੈਕੋਰਡ ਤੋਂ ਲੈ ਰਹੇ ਹਾਂ ਜੀ। ਠੀਕ ਹੈ ਜੀ, ਤੁਹਾਨੂੰ ਐਗਰੀ ਜੋਨ ਬਾਰੇ ਪਹਿਲਾਂ ਕਿੱਥੋਂ ਪਤਾ ਲੱਗਿਆ ਜੀ? ਇਹੀ ਪਰ ਬਜਾ ਕੇ ਦੇਖੀ ਸੀ ਕਣਕ ਜੀ। ਤੁਸੀਂ ਪਹਿਲਾਂ ਆਪ ਕਿਰਾਏ ਦੇ ਉੱਤੇ ਬਜਾਈ ਸੀ? ਕਿਰਾਏ ਤੇ ਬਜਾਈ ਸੀਗੀ, 855 ਟਰੈਕਟਰ ਸੀਗਾ ਜੀ। ਠੀਕ ਹੈ ਜੀ, ਤੇ ਪਹਿਲਾਂ ਅੱਧੀ ਬਜਾਈ ਸੀ ਕਣਕ ਇਹੀ 37-30 ਤੋਂ। ਠੀਕ ਹੈ ਜੀ, ਹਾਂਜੀ, ਉਹ 10ਵੇਂ ਦਾ ਟਾਈਮ ਸੀਗਾ, 8 ਫੁੱਟਾਂ ਉਹਦੇ ਨਾਲ ਇਹਨੇ ਐਗਰੀ ਜੋਨ ਵਾਲੇ ਨੇ ਵਧੀਆ ਬੀਜੀ ਕਣਕ, ਤੇ ਬਾਕੀ ਸਫਾਈ ਵੱਧ ਸੀਗੀ ਜੀ। ਇਹਦੀ ਸਫਾਈ ਵਧੀਆ ਸੀਗੀ? ਹਾਂਜੀ ਹਾਂਜੀ, ਨਾਲੇ ਰੈਲਾ ਚੱਲਦਾ ਸੀਗਾ ਇਹ ਜੀ। ਅੱਛਾ, ਜਿਹੜਾ ਇਹ ਟਰੈਕਟਰ ਸੁਪਰ ਸੀਟਰ ਚੱਲ ਰਿਹਾ ਸੀਗਾ ਹੋਰਾਂ ਦੇ ਨਾਲ, ਉਹ ਰੈਲਾ ਸੀਗਾ ਜੀ? ਹਾਂਜੀ, ਰੈਲਾ ਸੀਗਾ। ਹਾਂਜੀ, ਠੀਕ ਹੈ। ਫਿਰ ਜਿਹੜੀ ਤੁਸੀਂ ਕਣਕ ਬਜਾਈ ਸੀਗੀ ਕਿਵੇਂ, ਵੀ ਕਿੰਨਾ ਬੀ ਪਾਇਆ ਸੀਗਾ ਜੀ ਦੱਸੋ ਉੱਧਰ ਨੂੰ? 50 ਕਿਲੋ ਦਾ ਪਾਇਆ ਸੀਗਾ ਜੀ। 50 ਕਿਲੋ ਬੀ ਪਾਇਆ ਸੀਗਾ, ਫਿਰ ਕਿੰਨਾ ਉੱਗਿਆ? ਪ੍ਰੋਪਰ ਉੱਗਿਆ ਜਾਂ ਘੱਟ ਵੱਧ ਹੋਇਆ? ਪ੍ਰੋਪਰ ਉੱਗਿਆ ਜੀ। ਇਹ ਤੋਂ ਤੁਸੀਂ ਖੁਸ਼ ਸੀਗੇ ਫਿਰ ਪੂਰਾ? ਹਾਂਜੀ, ਪੂਰਾ ਖੁਸ਼। ਫਿਰ ਤੁਸੀਂ ਤਾਂ ਕਰਕੇ ਆਪਣਾ ਬੁੱਕ ਕਰਾਇਆ ਸੀਗਾ ਇਹ? ਹਾਂਜੀ ਹਾਂਜੀ, ਤਾਂ ਬੁੱਕ ਕਰਾਇਆ। ਕਿੰਨੇ ਫੁੱਟ ਦਾ ਲੈ ਕੇ ਜਾ ਰਹੇ ਹੋ ਇਹ? 8 ਫੁੱਟ ਦਾ ਲੈ ਕੇ? 8 ਫੁੱਟ ਦਾ ਲੈ ਕੇ ਜਾ ਰਹੇ ਹੋ ਜੀ? ਹਾਂਜੀ, ਠੀਕ ਹੈ ਜੀ। ਤੇ ਤੁਸੀਂ ਹੋਰ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਐਗਰੀ ਜੋਨ ਬਾਰੇ? ਇਹ ਵਧੀਆ ਜੀ ਕੰਪਨੀ, ਬਾਕੀ ਛੋਟੇ ਤੋਂ ਛੋਟਾ ਟਰੈਕਟਰ ਵੀ ਚਲਾਉਂਦਾ, 8 ਫੁੱਟਾਂ ਵੀ ਆਮ 855 ਖਿੱਚੀ ਜਾਂਦਾ ਜੀ। ਗੱਲ ਤਾਂ ਇਹ ਹੈ ਜੀ, ਨਜ਼ਾਮ ਟਰੈਕਟਰ ਖਾਈਦੇ ਨਹੀਂ ਹੈਗੇ। ਠੀਕ ਹੈ ਜੀ, ਹਾਂਜੀ, ਇਹਦੇ ਨਾਲ ਵੀ ਮਤਲਬ ਕਿਸਾਨ ਵੀ ਖੁਸ਼ ਨੇ ਪੂਰੇ? ਹਾਂਜੀ, ਕਿਸਾਨ ਵੀ ਪੂਰੇ ਖੁਸ਼ ਆ। ਹਾਂਜੀ, ਠੀਕ ਹੈ ਜੀ। ਫਿਰ ਤੁਸੀਂ ਕਿੰਨੀ ਖੇਤੀ ਕਰ ਰਹੇ ਹੋ ਇਹਦੇ ਨਾਲ? ਅਸੀਂ ਕਰਦੇ ਹਾਂ 11-12 ਕਿੱਲੇ ਆਪਦੇ ਘਰ ਦੇ। ਕਿਰਾਏ ਦਾ ਕੰਮ ਵੀ ਹੋਊਗਾ ਆਪਣਾ? ਨਹੀਂ ਜੀ, ਇੱਕ ਹੀ ਟਰੈਕਟਰ ਹੁਣ ਨਵਾਂ ਲਿਆ ਜੀ। ਠੀਕ ਹੈ ਜੀ, 52-10 ਮੂਹਰੇ ਖੜਾ ਜੀ ਆਪਣਾ। ਠੀਕ ਹੈ ਜੀ, ਹਾਂਜੀ, ਪਰਸੋਂ ਹੀ ਲਿਆ। ਠੀਕ ਹੈ ਜੀ, ਪਹਿਲਾਂ ਮੈਸੀ ਸੀਗਾ, ਮੈਂ ਜੀ ਉਹਨੇ ਖਿੱਚਣਾ ਨਹੀਂ, ਛੋਟਾ ਮੈਸੀ ਸੀਗਾ। ਠੀਕ ਹੈ ਜੀ, ਹਾਂਜੀ ਹਾਂਜੀ। ਫਿਰ ਹੁਣ ਤੁਸੀਂ ਪਹਿਲਾਂ ਇੱਕ ਸੁਪਰ ਹੀਟਰ ਲੈ ਕੇ ਜਾ ਰਹੇ ਹੋ, ਅੱਗੇ ਨੂੰ ਕੋਈ ਪ੍ਰੋਡਕਟ ਆਪਣਾ ਹੋਰ ਲੈਣਾ ਚਾਹੁੰਦੇ ਹੋ ਦੱਸੋ ਜੀ ਉੱਧਰ ਨੂੰ। ਹਾਂਜੀ ਹਾਂਜੀ, ਅਸੀਂ ਲਵਾਂਗੇ ਜੀ ਆਪਣੇ ਲੇਜ਼ਰ ਕਰਾ ਲੈਣ ਦਾ ਇਰਾਦਾ ਵਾ। ਐਗਰੀ ਜੋਨ ਤੁਸੀਂ ਅੱਗੇ ਲੇਜ਼ਰ ਵੀ ਲੈਣਾ ਚਾਹੁੰਦੇ? ਹਾਂਜੀ ਹਾਂਜੀ, ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਆ ਜੀ ਆਪਣਾ? ਜਗਦੇਵ ਸਿੰਘ ਜੀ। ਜਗਦੇਵ ਸਿੰਘ ਜੀ, ਅੱਜ ਤੁਸੀਂ ਐਗਰੀ ਜੋਨ ਕੰਪਨੀ ਦਾ ਸੁਪਰ ਹੀਟਰ ਲੈ ਕੇ ਜਾ ਰਹੇ ਹੋ, ਕੈ ਫੁੱਟ ਦਾ ਜੀ ਇਹ ਦੱਸੋ ਕਿਰਾ ਕਿਸਾਨ ਵੀ? 8 ਫੁੱਟ ਦਾ ਜੀ। ਕਿੱਥੋਂ ਲੈ ਕੇ ਜਾ ਰਹੇ ਹੋ ਤੁਸੀਂ ਇਹ? ਇੱਥੋਂ ਰੈਕੋਰਡ ਤੋਂ ਲੈ ਰਹੇ ਹਾਂ ਜੀ। ਠੀਕ ਹੈ ਜੀ, ਤੁਹਾਨੂੰ ਐਗਰੀ ਜੋਨ ਬਾਰੇ ਪਹਿਲਾਂ ਕਿੱਥੋਂ ਪਤਾ ਲੱਗਿਆ ਜੀ? ਇਹੀ ਪਰ ਬਜਾ ਕੇ ਦੇਖੀ ਸੀ ਕਣਕ ਜੀ। ਤੁਸੀਂ ਪਹਿਲਾਂ ਆਪ ਕਿਰਾਏ ਦੇ ਉੱਤੇ ਬਜਾਈ ਸੀ? ਕਿਰਾਏ ਤੇ ਬਜਾਈ ਸੀਗੀ, 855 ਟਰੈਕਟਰ ਸੀਗਾ ਜੀ। ਠੀਕ ਹੈ ਜੀ, ਤੇ ਪਹਿਲਾਂ ਅੱਧੀ ਬਜਾਈ ਸੀ ਕਣਕ ਇਹੀ 37-30 ਤੋਂ। ਠੀਕ ਹੈ ਜੀ, ਹਾਂਜੀ, ਉਹ 10ਵੇਂ ਦਾ ਟਾਈਮ ਸੀਗਾ, 8 ਫੁੱਟਾਂ ਉਹਦੇ ਨਾਲ ਇਹਨੇ ਐਗਰੀ ਜੋਨ ਵਾਲੇ ਨੇ ਵਧੀਆ ਬੀਜੀ ਕਣਕ, ਤੇ ਬਾਕੀ ਸਫਾਈ ਵੱਧ ਸੀਗੀ ਜੀ। ਇਹਦੀ ਸਫਾਈ ਵਧੀਆ ਸੀਗੀ? ਹਾਂਜੀ ਹਾਂਜੀ, ਨਾਲੇ ਰੈਲਾ ਚੱਲਦਾ ਸੀਗਾ ਇਹ ਜੀ। ਅੱਛਾ, ਜਿਹੜਾ ਇਹ ਟਰੈਕਟਰ ਸੁਪਰ ਸੀਟਰ ਚੱਲ ਰਿਹਾ ਸੀਗਾ ਹੋਰਾਂ ਦੇ ਨਾਲ, ਉਹ ਰੈਲਾ ਸੀਗਾ ਜੀ? ਹਾਂਜੀ, ਰੈਲਾ ਸੀਗਾ। ਹਾਂਜੀ, ਠੀਕ ਹੈ। ਫਿਰ ਜਿਹੜੀ ਤੁਸੀਂ ਕਣਕ ਬਜਾਈ ਸੀਗੀ ਕਿਵੇਂ, ਵੀ ਕਿੰਨਾ ਬੀ ਪਾਇਆ ਸੀਗਾ ਜੀ ਦੱਸੋ ਉੱਧਰ ਨੂੰ? 50 ਕਿਲੋ ਦਾ ਪਾਇਆ ਸੀਗਾ ਜੀ। 50 ਕਿਲੋ ਬੀ ਪਾਇਆ ਸੀਗਾ, ਫਿਰ ਕਿੰਨਾ ਉੱਗਿਆ? ਪ੍ਰੋਪਰ ਉੱਗਿਆ ਜਾਂ ਘੱਟ ਵੱਧ ਹੋਇਆ? ਪ੍ਰੋਪਰ ਉੱਗਿਆ ਜੀ। ਇਹ ਤੋਂ ਤੁਸੀਂ ਖੁਸ਼ ਸੀਗੇ ਫਿਰ ਪੂਰਾ? ਹਾਂਜੀ, ਪੂਰਾ ਖੁਸ਼। ਫਿਰ ਤੁਸੀਂ ਤਾਂ ਕਰਕੇ ਆਪਣਾ ਬੁੱਕ ਕਰਾਇਆ ਸੀਗਾ ਇਹ? ਹਾਂਜੀ ਹਾਂਜੀ, ਤਾਂ ਬੁੱਕ ਕਰਾਇਆ। ਕਿੰਨੇ ਫੁੱਟ ਦਾ ਲੈ ਕੇ ਜਾ ਰਹੇ ਹੋ ਇਹ? 8 ਫੁੱਟ ਦਾ ਲੈ ਕੇ? 8 ਫੁੱਟ ਦਾ ਲੈ ਕੇ ਜਾ ਰਹੇ ਹੋ ਜੀ? ਹਾਂਜੀ, ਠੀਕ ਹੈ ਜੀ। ਤੇ ਤੁਸੀਂ ਹੋਰ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਐਗਰੀ ਜੋਨ ਬਾਰੇ? ਇਹ ਵਧੀਆ ਜੀ ਕੰਪਨੀ, ਬਾਕੀ ਛੋਟੇ ਤੋਂ ਛੋਟਾ ਟਰੈਕਟਰ ਵੀ ਚਲਾਉਂਦਾ, 8 ਫੁੱਟਾਂ ਵੀ ਆਮ 855 ਖਿੱਚੀ ਜਾਂਦਾ ਜੀ। ਗੱਲ ਤਾਂ ਇਹ ਹੈ ਜੀ, ਨਜ਼ਾਮ ਟਰੈਕਟਰ ਖਾਈਦੇ ਨਹੀਂ ਹੈਗੇ। ਠੀਕ ਹੈ ਜੀ, ਹਾਂਜੀ, ਇਹਦੇ ਨਾਲ ਵੀ ਮਤਲਬ ਕਿਸਾਨ ਵੀ ਖੁਸ਼ ਨੇ ਪੂਰੇ? ਹਾਂਜੀ, ਕਿਸਾਨ ਵੀ ਪੂਰੇ ਖੁਸ਼ ਆ। ਹਾਂਜੀ, ਠੀਕ ਹੈ ਜੀ। ਫਿਰ ਤੁਸੀਂ ਕਿੰਨੀ ਖੇਤੀ ਕਰ ਰਹੇ ਹੋ ਇਹਦੇ ਨਾਲ?
ਅਸੀਂ ਕਰਦੇ ਹਾਂ 11-12 ਕਿੱਲੇ ਆਪਦੇ ਘਰ ਦੇ। ਕਿਰਾਏ ਦਾ ਕੰਮ ਵੀ ਹੋਊ ਆਪਣਾ? ਨਹੀਂ ਜੀ, ਇੱਕ ਟਰੈਕਟਰ ਹੁਣ ਨਵਾਂ ਲਿਆ ਜੀ। ਠੀਕ ਹੈ ਜੀ। 52-10 ਮੂਹਰੇ ਖੜਾ ਜੀ ਆਪਣਾ। ਠੀਕ ਹੈ ਜੀ। ਹਾਂਜੀ, ਪਰਸੋਂ ਹੀ ਲਿਆ। ਠੀਕ ਹੈ ਜੀ। ਪਹਿਲਾਂ ਮੈਸੀ ਸੀਗਾ, ਮੈਂ ਉਹਨੇ ਖਿੱਚਣਾ ਨਹੀਂ, ਛੋਟਾ ਮੈਸੀ ਸੀਗਾ। ਠੀਕ ਹੈ ਜੀ। ਹਾਂਜੀ ਹਾਂਜੀ। ਫਿਰ ਹੁਣ ਤੁਸੀਂ ਪਹਿਲਾਂ ਇੱਕ ਸੁਪਰ ਹੀਟਰ ਲੈ ਕੇ ਜਾ ਰਹੇ ਹੋ, ਅੱਗੇ ਨੂੰ ਕੋਈ ਪ੍ਰੋਡਕਟ ਆਪਣਾ ਹੋਰ ਲੈਣਾ ਚਾਹੁੰਦੇ ਹੋ ਦੱਸੋ ਜੀ ਉੱਧਰ ਨੂੰ। ਹਾਂਜੀ ਹਾਂਜੀ, ਅਸੀਂ ਲਵਾਂਗੇ ਜੀ ਆਪਣੇ ਲੇਜ਼ਰ ਕਰਾ ਲੈਣ ਦਾ ਇਰਾਦਾ ਵਾ। ਐਗਰੀ ਜੋਨ ਤੁਸੀਂ ਅੱਗੇ ਲੇਜ਼ਰ ਵੀ ਲੈਣਾ ਚਾਹੁੰਦੇ ਹੋ? ਹਾਂਜੀ ਹਾਂਜੀ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਬਾਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਕੀ ਨਾਮ ਹੈ ਜੀ ਆਪਣਾ? ਆਪਣਾ ਨਾਮ ਹਰਦੀਪ ਸਿੰਘ ਜੀ। ਕਿੱਥੋਂ ਦੇ ਰਹਿਣ ਵਾਲੇ ਹੋ? ਗੋਬਿੰਦਗੜ੍ਹ ਤੋਂ ਜੀ। ਅੱਜ ਤੁਸੀਂ ਆਪਣਾ ਐਗਰੀ ਜੋਨ ਦਾ ਸੁਪਰ ਹੀਟਰ ਲੈ ਕੇ ਜਾ ਰਹੇ ਹੋ? ਹਾਂਜੀ। ਕਿੰਨੇ ਫੁੱਟ ਦਾ ਲੈ ਕੇ ਜਾ ਰਹੇ ਹੋ ਜੀ ਇਹ? ਇਹ 8 ਫੁੱਟ ਦਾ ਲੈ ਜਾਂਦੇ ਜੀ ਆਪਾਂ। ਕਿੱਥੋਂ ਲੈ ਕੇ ਜਾ ਰਹੇ ਹੋ ਤੁਸੀਂ ਇਹ? ਇਹ ਰੈਕੋਟ ਟਰੈਕਟਰ ਐਗਰੀ ਜੋਨ ਤੋਂ ਜੀ। ਅੱਛਾ ਜੀ, ਤੁਸੀਂ ਪਹਿਲਾਂ ਕਿੱਥੇ ਦੇਖੇ ਸੀ ਐਗਰੀ ਜੋਨ ਬਾਰੇ ਸੁਣਿਆ ਸੀ? ਇਹ ਆਪਾਂ ਐਡ ਦੇਖੀ ਸੀ ਇਹਦੀ ਨੈੱਟ ਦੇ ਐਡ ਦੇਖੀ ਸੀ। 2 ਸਾਲ ਹੋ ਗਏ ਦੇਖਦਿਆਂ ਨੂੰ। ਠੀਕ ਹੈ ਜੀ। ਪਿਛਲੇ ਸਾਲ ਆਪਣੇ ਪਿੰਡ ਗਿਆ ਵੀ ਇੱਕ। ਠੀਕ ਹੈ ਜੀ। ਅਤੇ ਉਹਨੂੰ ਦੇਖ ਕੇ ਅਸੀਂ ਇੱਕ ਹੀ ਲਿਆ ਜੀ ਇਹ। ਤੁਹਾਨੂੰ ਕੀ ਖੂਬੀਆਂ ਲੱਗੀਆਂ ਇਹਦੇ ਵਿੱਚ ਹੋਰਾਂ ਨਾਲੋਂ? ਇਹ ਹੋਰਾਂ ਨਾਲੋਂ ਜੀ ਮਲਾਈ ਵੱਧ ਕਰਦਾ ਇੱਕ ਤਾਂ, ਅਤੇ ਇੱਕ ਜੋ ਟਰੈਕਟਰ ਦਾ ਬਹੁਤ ਘੱਟ ਲਵਾਉਂਦਾ ਗਾ। ਠੀਕ ਹੈ ਜੀ। ਅਤੇ ਸਾਨੂੰ ਵਧੀਆ ਲੱਗਿਆ ਜੀ ਬਿਜਾਈ, ਕਣਕ ਵਧੀਆ ਹਰੀ ਹੋਈ ਹੈ ਇਹਦੀ ਮਗਰ। ਬਿਜਾਈ ਵਧੀਆ ਹੁੰਦੀ ਇਹਦੇ ਨਾਲ? ਹਾਂਜੀ ਹਾਂਜੀ, ਕਣਕ। ਤੁਸੀਂ ਹੋਰ ਕਿਸਾਨ ਵੀਰਾਂ ਨੂੰ ਕੀ ਦੱਸਣਾ ਚਾਹੁੰਦੇ ਐਗਰੀ ਜੋਨ ਬਾਰੇ? ਇਹੀ ਦੱਸਣਾ ਚਾਹੁੰਦਾ ਜੀ ਬਹੁਤ ਵਧੀਆ ਸੁਪਰ ਸੀਡਰ ਆ ਜੀ, ਐਗਰੀ ਜੋਨ ਨਾਲ ਜੁੜੋ ਤੁਸੀਂ, ਤੁਹਾਨੂੰ ਪਤਾ ਲੱਗੂਗਾ ਜੀ ਵਧੀਆ ਟਰੈਕਟਰ ਇਹ ਰੂਟਾਵੇਟਰ ਆ ਜੀ ਆਪਣਾ। ਠੀਕ ਹੈ ਬਾਈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਥੈਂਕ ਯੂ ਜੀ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਕੀ ਨਾਮ ਆ ਜੀ ਆਪਣਾ? ਆਪਣਾ ਨਾਮ ਹਰਦੀਪ ਸਿੰਘ ਜੀ। ਕਿੱਥੋਂ ਦੇ ਰਹਿਣ ਵਾਲੇ ਹੋ? ਗੋਬਿੰਦਗੜ੍ਹ ਤੋਂ ਜੀ। ਅੱਜ ਤੁਸੀਂ ਆਪਣਾ ਐਗਰੀ ਜੋਨ ਦਾ ਸੁਪਰ ਹੀਟਰ ਲੈ ਕੇ ਜਾ ਰਹੇ ਹੋ? ਹਾਂਜੀ। ਕਿੰਨੇ ਫੁੱਟ ਦਾ ਲੈ ਕੇ ਜਾ ਰਹੇ ਹੋ ਜੀ ਇਹ? ਇਹ 8 ਫੁੱਟ ਦਾ ਲੈ ਜਾਂਦੇ ਜੀ ਆਪਾਂ। ਕਿੱਥੋਂ ਲੈ ਕੇ ਜਾ ਰਹੇ ਹੋ ਤੁਸੀਂ ਇਹ? ਇਹ ਰੈਕੋਟ ਟਰੈਕਟਰ ਐਗਰੀ ਜੋਨ ਤੋਂ ਜੀ। ਅੱਛਾ ਜੀ, ਤੁਸੀਂ ਪਹਿਲਾਂ ਕਿੱਥੇ ਦੇਖੇ ਸੀ ਐਗਰੀ ਜੋਨ ਬਾਰੇ ਸੁਣਿਆ ਸੀ? ਇਹ ਆਪਾਂ ਐਡ ਦੇਖੀ ਸੀ ਇਹਦੀ ਨੈੱਟ ਦੇ ਐਡ ਦੇਖੀ ਸੀ। 2 ਸਾਲ ਹੋ ਗਏ ਦੇਖਦਿਆਂ ਨੂੰ। ਠੀਕ ਹੈ ਜੀ। ਪਿਛਲੇ ਸਾਲ ਆਪਣੇ ਪਿੰਡ ਗਿਆ ਵੀ ਇੱਕ। ਠੀਕ ਹੈ ਜੀ। ਅਤੇ ਉਹਨੂੰ ਦੇਖ ਕੇ ਅਸੀਂ ਇੱਕ ਹੀ ਲਿਆ ਜੀ ਇਹ। ਤੁਹਾਨੂੰ ਕੀ ਖੂਬੀਆਂ ਲੱਗੀਆਂ ਇਹਦੇ ਵਿੱਚ ਹੋਰਾਂ ਨਾਲੋਂ? ਇਹ ਹੋਰਾਂ ਨਾਲੋਂ ਜੀ ਮਲਾਈ ਵੱਧ ਕਰਦਾ ਇੱਕ ਤਾਂ, ਅਤੇ ਇੱਕ ਜੋ ਟਰੈਕਟਰ ਦਾ ਬਹੁਤ ਘੱਟ ਲਵਾਉਂਦਾ ਗਾ। ਠੀਕ ਹੈ ਜੀ। ਅਤੇ ਸਾਨੂੰ ਵਧੀਆ ਲੱਗਿਆ ਜੀ ਬਿਜਾਈ, ਕਣਕ ਵਧੀਆ ਹਰੀ ਹੋਈ ਹੈ ਇਹਦੀ ਮਗਰ। ਬਿਜਾਈ ਵਧੀਆ ਹੁੰਦੀ ਇਹਦੇ ਨਾਲ? ਹਾਂਜੀ ਹਾਂਜੀ, ਕਣਕ। ਤੁਸੀਂ ਹੋਰ ਕਿਸਾਨ ਵੀਰਾਂ ਨੂੰ ਕੀ ਦੱਸਣਾ ਚਾਹੁੰਦੇ ਐਗਰੀ ਜੋਨ ਬਾਰੇ? ਇਹੀ ਦੱਸਣਾ ਚਾਹੁੰਦਾ ਜੀ ਬਹੁਤ ਵਧੀਆ ਸੁਪਰ ਸੀਡਰ ਆ ਜੀ, ਐਗਰੀ ਜੋਨ ਨਾਲ ਜੁੜੋ ਤੁਸੀਂ, ਤੁਹਾਨੂੰ ਪਤਾ ਲੱਗੂਗਾ ਜੀ ਵਧੀਆ ਟਰੈਕਟਰ ਇਹ ਰੂਟਾਵੇਟਰ ਆ ਜੀ ਆਪਣਾ। ਠੀਕ ਹੈ ਬਾਈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਥੈਂਕ ਯੂ ਜੀ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਕੀ ਨਾਮ ਆ ਜੀ ਆਪਣਾ? ਆਪਣਾ ਨਾਮ ਹਰਦੀਪ ਸਿੰਘ ਜੀ। ਕਿੱਥੋਂ ਦੇ ਰਹਿਣ ਵਾਲੇ ਹੋ? ਗੋਬਿੰਦਗੜ੍ਹ ਤੋਂ ਜੀ। ਅੱਜ ਤੁਸੀਂ ਆਪਣਾ ਐਗਰੀ ਜੋਨ ਦਾ ਸੁਪਰ ਹੀਟਰ ਲੈ ਕੇ ਜਾ ਰਹੇ ਹੋ? ਹਾਂਜੀ। ਕਿੰਨੇ ਫੁੱਟ ਦਾ ਲੈ ਕੇ ਜਾ ਰਹੇ ਹੋ ਜੀ ਇਹ? ਇਹ 8 ਫੁੱਟ ਦਾ ਲੈ ਜਾਂਦੇ ਜੀ ਆਪਾਂ। ਕਿੱਥੋਂ ਲੈ ਕੇ ਜਾ ਰਹੇ ਹੋ ਤੁਸੀਂ ਇਹ? ਇਹ ਰੈਕੋਟ ਟਰੈਕਟਰ ਐਗਰੀ ਜੋਨ ਤੋਂ ਜੀ। ਅੱਛਾ ਜੀ, ਤੁਸੀਂ ਪਹਿਲਾਂ ਕਿੱਥੇ ਦੇਖੇ ਸੀ ਐਗਰੀ ਜੋਨ ਬਾਰੇ ਸੁਣਿਆ ਸੀ? ਇਹ ਆਪਾਂ ਐਡ ਦੇਖੀ ਸੀ ਇਹਦੀ ਨੈੱਟ ਦੇ ਐਡ ਦੇਖੀ ਸੀ। 2 ਸਾਲ ਹੋ ਗਏ ਦੇਖਦਿਆਂ ਨੂੰ। ਠੀਕ ਹੈ ਜੀ। ਪਿਛਲੇ ਸਾਲ ਆਪਣੇ ਪਿੰਡ ਗਿਆ ਵੀ ਇੱਕ। ਠੀਕ ਹੈ ਜੀ। ਅਤੇ ਉਹਨੂੰ ਦੇਖ ਕੇ ਅਸੀਂ ਇੱਕ ਹੀ ਲਿਆ ਜੀ ਇਹ। ਤੁਹਾਨੂੰ ਕੀ ਖੂਬੀਆਂ ਲੱਗੀਆਂ ਇਹਦੇ ਵਿੱਚ ਹੋਰਾਂ ਨਾਲੋਂ? ਇਹ ਹੋਰਾਂ ਨਾਲੋਂ ਜੀ ਮਲਾਈ ਵੱਧ ਕਰਦਾ ਇੱਕ ਤਾਂ, ਅਤੇ ਇੱਕ ਜੋ ਟਰੈਕਟਰ ਦਾ ਬਹੁਤ ਘੱਟ ਲਵਾਉਂਦਾ ਗਾ। ਠੀਕ ਹੈ ਜੀ। ਅਤੇ ਸਾਨੂੰ ਵਧੀਆ ਲੱਗਿਆ ਜੀ ਬਿਜਾਈ, ਕਣਕ ਵਧੀਆ ਹਰੀ ਹੋਈ ਹੈ ਇਹਦੀ ਮਗਰ। ਬਿਜਾਈ ਵਧੀਆ ਹੁੰਦੀ ਇਹਦੇ ਨਾਲ? ਹਾਂਜੀ ਹਾਂਜੀ, ਕਣਕ। ਤੁਸੀਂ ਹੋਰ ਕਿਸਾਨ ਵੀਰਾਂ ਨੂੰ ਕੀ ਦੱਸਣਾ ਚਾਹੁੰਦੇ ਐਗਰੀ ਜੋਨ ਬਾਰੇ? ਇਹੀ ਦੱਸਣਾ ਚਾਹੁੰਦਾ ਜੀ ਬਹੁਤ ਵਧੀਆ ਸੁਪਰ ਸੀਡਰ ਆ ਜੀ, ਐਗਰੀ ਜੋਨ ਨਾਲ ਜੁੜੋ ਤੁਸੀਂ, ਤੁਹਾਨੂੰ ਪਤਾ ਲੱਗੂਗਾ ਜੀ ਵਧੀਆ ਟਰੈਕਟਰ ਇਹ ਰੂਟਾਵੇਟਰ ਆ ਜੀ ਆਪਣਾ। ਠੀਕ ਹੈ ਬਾਈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ।